ਅਕਾਲ ਜੀ, ਰੋਇਲ ਕਲੈਕਸ਼ਨ ਐਂਡ ਬੁਟੀਕ ਰਾਜਪ੍ਰੈਸ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਪਿਓਰ ਟਨਸੂਹੀ ਵਾਲੇ ਸੂਟ। ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਇਹਨਾਂ ਸੂਟਾਂ ਦੀ ਵੀ। ਕਾਫੀ ਸਾਰਾ ਵੈਸੇ ਤਾਂ ਸਟੋਕ ਚੱਕਿਆ ਸੀਗਾ, ਬਟ ਕਿਸੇ ਦੇ ਇਕੱਠੇ ਰਖਵਾਲੇ ਸੀਗੇ ਸੂਟ, ਤਾਂ ਕਰਕੇ ਜੋ ਸਾਡੇ ਕੋਲ ਇਸ ਟਾਈਮ ਅਵੇਲੇਬਲ ਆ ਅਸੀਂ ਫੋਟੋ ਤੋਂ ਹੀ ਸਿਲੈਕਟ ਕਰਵਾ ਦਿੰਦੇ ਹਾਂ ਜ਼ਿਆਦਾਤਰ ਸੂਟ। ਜਿਹੜੇ ਸਾਨੂੰ ਕਹਿੰਦੇ ਆ ਵੀ ਸਾਨੂੰ 20 ਤੋਂ 25 ਸੂਟ ਜਾਂ 30 ਸੂਟ ਚਾਹੀਦੇ, ਅਸੀਂ ਉਹਨਾਂ ਨੂੰ ਫੋਟੋ ਤੋਂ ਹੀ ਸਿਲੈਕਟ ਕਰਵਾ ਦਿੰਦੇ ਹਾਂ ਪਹਿਲਾਂ ਹੀ, ਅਤੇ ਫਿਰ ਹੁਣ ਜਿਹੜੇ ਬੱਚੀਆਂ ਸੂਟ ਤੁਹਾਨੂੰ ਉਹਨਾਂ 'ਚੋਂ ਦੇ ਰਹੇ ਹਾਂ ਚੋਇਸ ਕਰਨ ਵਾਸਤੇ, ਅਤੇ ਹੈਂਡਵਰਕ ਦੇ ਸੂਟ ਦੇਵਾਂਗੇ ਔਰਗੇਂਜ਼ਾ ਦੇ ਨੈੱਕ ਵਰਕ ਦੇ ਨਾਲ ਘੱਟ ਪ੍ਰਾਈਸ ਕਰਕੇ ਉਹ ਦੇ ਰਹੇ ਹਾਂ। ਅਤੇ ਬੁਕਿੰਗ ਲਈ ਨੰਬਰ ਹੋਊਗਾ ਜੀ 8283828381 ਨੰਬਰ ਆ। ਜੋ ਵੀ ਸੂਟ ਅੱਜ ਦੀ ਵੀਡੀਓ 'ਚ ਪਸੰਦ ਆਇਆ ਸਕਰੀਨਸ਼ੋਟ ਲੈ ਕੇ ਇਸ ਨੰਬਰ 'ਤੇ ਪਿਕ ਸੈਂਡ ਕਰ ਸਕਦੇ ਹੋ। ਕਲੈਕਸ਼ਨ ਬਹੁਤ ਸੋਹਣੀ ਜੀ ਆ, ਤੁਸੀਂ ਅਕਸਰ ਮੇਰੀ ਵੀਡੀਓ 'ਚ ਇਹ ਸੂਟਾਂ ਨੂੰ ਦੇਖੀ ਜਾਂਦੇ ਹੋ। ਇਹ ਹੈਗੇ ਨੇ ਜੀ ਤਨਸੂਹੀ ਦੇ ਸੂਟ ਸਿਲਕ ਦੀ ਸਲਵਾਰ ਦੇ ਨਾਲ, ਪਿਓਰ ਤਨਸੂਹੀ ਦੇ। ਇੱਕ ਤੁਹਾਨੂੰ ਬਰੋਕਿਟ ਦੇ ਵੀ ਦੇਵਾਂਗੇ ਇਸ ਵੀਡੀਓ 'ਚ, ਠੀਕ ਹੈ ਜੀ। ਕਲਰ ਬਹੁਤ ਸੋਹਣਾ, ਪੀਚ ਪਿੰਕ ਜਿਹਾ ਸ਼ੇਡ ਹੈ ਇਹ। ਵਰਕ ਜਿਹੜਾ ਇਹਨਾਂ ਦਾ ਬਹੁਤ ਪਿਆਰਾ ਡਿਜ਼ਾਈਨ ਆ, ਨੀਚੇ ਘੇਰਾ ਬਣਿਆ ਹੋਇਆ, ਪਿਓਰ ਸਿਲਕ ਦੀ ਸ਼ਰਟ ਆ। ਇਹਦੀ ਬੈਕ ਸਾਈਡ ਹੁੰਦੀ ਆ ਜੀ, ਇਹ ਕੁਛ ਵੀ ਚੁਭਦਾ ਨਹੀਂ ਹੁੰਦਾ ਹੈਗਾ, ਇਹ ਕਾਫੀ ਮਤਲਬ ਇਹ ਤਨਸੂਹੀ ਦਾ ਸਟੱਫ ਆ। ਸਿਲਕ ਦੀ ਸਲਵਾਰ ਇਹਦੇ ਨਾਲ ਬਿਲਕੁਲ ਸੌਫਟ ਸਿਲਕ, ਅਤੇ ਇਹਨਾਂ ਦੇ ਨਾਲ ਰਹਿਣਗੇ ਜੀ ਇੱਦਾਂ ਖੁੱਲ੍ਹੇ ਡੁੱਲੇ ਜੇ ਚਨੌਨ ਸ਼ਿਫੋਨ ਦੇ ਦੁਪੱਟੇ। ਮੈਂ ਤੁਹਾਨੂੰ ਇੱਕ ਸੂਟ ਪ੍ਰੋਪਰ ਖੋਲ੍ਹ ਕੇ ਦਿਖਾ ਦਿੰਦੀ ਹਾਂ, ਬਾਕੀ ਕਲਰ ਡਿਜ਼ਾਈਨ ਦੇ ਦਿੰਦੇ ਹਾਂ। ਕਾਫੀ ਲੰਮਾ ਚੌੜਾ ਜਿਹਾ ਦੁਪੱਟਾ, ਠੀਕ ਹੈ। ਅਤੇ ਪ੍ਰਾਈਸ ਹੈਗਾ ਜੀ ਸੂਟ ਦਾ ਤਕਰੀਬਨ 3300 ਦਾ ਸੂਟ ਆ ਜੀ, ਇਹ 3500 ਕੋਸਟ ਕਰਦਾ, 3300 ਦੇ ਸੂਟ ਨੇ। ਹੁਣ ਸਾਡੇ ਹਰ ਇੱਕ ਸੂਟ ਦੇ ਉੱਪਰ ਇਹ 2030 ਲਿਖਿਆ ਹੋਇਆ, ਇਹ ਮਾਰਕ ਹੁੰਦਾ ਜੀ ਸੂਟ ਦਾ, ਨੰਬਰ ਹੁੰਦਾ ਹੈ। ਕੱਲ੍ਹ ਨੂੰ ਕਿਸੇ ਕੋਲ, ਕਿਉਂਕਿ ਅਸੀਂ ਕਿੰਨੇ ਕੁ ਸੂਟਾਂ ਨਾਲ ਉਤਾਰੀਏ ਤਾਂ ਕਰਕੇ ਮੈਂ ਤੁਹਾਨੂੰ ਵੀਡੀਓ 'ਚ ਸ਼ੋਅ ਕਰ ਦਿੰਦੀ ਹਾਂ। ਵੈਸੇ 1 ਸਕਿੰਟ ਲੱਗਦਾ ਉਤਾਰਨ ਨੂੰ, ਪਰ ਕਾਫੀ ਸਾਰੇ ਸੂਟਾਂ ਦਾ ਕਿਸੇ 'ਚ ਰਹਿ ਜਾਏਗਾ, ਫਿਰ ਮੈਸੇਜ ਲੱਗ ਜਾਂਦੇ ਆਉਣ, ਤਾਂ ਕਰਕੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਵਾਂ। ਸੇਮ ਹੀ ਡਿਜ਼ਾਈਨ ਦੇ ਵਿੱਚ ਕਲਰ ਦੇਖ ਲਓ, ਕਲਰ ਬਹੁਤ ਸੋਹਣੇ ਸੋਹਣੇ ਆ। ਇਹ ਦੇਖੋ ਸਕਾਈ ਜਿਹਾ ਸ਼ੇਡ ਆ, ਬਹੁਤ ਸੋਹਣਾ ਗ੍ਰੀਨ ਸਕਾਈ ਕਲਰ, ਠੀਕ ਹੈ। ਇਹਦਾ ਦੁਪੱਟਾ ਹੈ, ਦੁਪੱਟਿਆਂ ਨਾਲ ਤੁਸੀਂ ਸੂਟ ਦਾ ਗੈਸ ਲਗਾ ਸਕਦੇ ਹੋ। ਇਹ ਵੀ ਸੇਮ ਦੇ ਵਿੱਚ ਹੀ ਆ ਜੀ, ਕਲਰ ਬਹੁਤ ਸੋਹਣਾ ਸੂਟ ਦਾ, ਪਰਪਲ ਕਲਰ ਦੇ ਵਿੱਚ ਆ, ਬਹੁਤ ਸੋਹਣੀ ਸ਼ਾਈਨ ਆ ਸਟੱਫ ਦੇ ਵਿੱਚ, ਠੀਕ ਹੈ। ਇਹ ਹੈਗਾ ਇਹਦਾ ਦੁਪੱਟਾ, ਚਨੌਨ ਸ਼ਿਫੋਨ ਦੇ ਦੁਪੱਟੇ ਰਹਿਣਗੇ ਜੀ ਇਹਨਾਂ ਸੂਟਾਂ ਦੇ। ਇਹ ਕਲਰ ਵੀ ਇਸੇ ਡਿਜ਼ਾਈਨ ਦਾ ਹੈ, ਕਲਰ ਸਾਰੇ ਇੱਕ ਤੋਂ ਇੱਕ ਨੇ। ਇਹ ਹੈਗੇ ਨੇ ਪਿਓਰ ਤਨਸੂਹੀ ਦੇ ਸੂਟ, ਠੀਕ ਹੈ ਜੀ। ਕਲਰ ਇੱਕ ਤੋਂ ਇੱਕ, ਜਿਹੜਾ ਵੀ ਸੂਟ ਤੁਸੀਂ ਲੈਣਾ ਲੈ ਸਕਦੇ ਹੋ। 3300 ਪ੍ਰਾਈਸ ਰਹੇਗਾ ਇਹਨਾਂ ਸਾਰੇ ਸੂਟਾਂ ਦਾ। ਕਲਰ ਆਪਸ਼ਨ ਬਹੁਤ ਸਾਰੀ ਆ, ਇਹ ਵੇਜ ਸ਼ੇਡ ਬਹੁਤ ਸੋਹਣਾ ਹੈ, ਠੀਕ ਹੈ। ਦੇਖੋ ਜੀ ਸੂਟ ਪੈਰਟ ਜਿਹਾ ਬਹੁਤ ਸੋਹਣਾ ਗ੍ਰੀਨ ਪੈਰਟ ਸ਼ੇਡ ਆ। ਇਹ ਹੈਗਾ ਗਾਜਰੀ ਕਲਰ, ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ 'ਚ ਪਸੰਦ ਆ। 3300 ਪ੍ਰਾਈਸ ਹੈ ਜੀ ਸੂਟ ਦਾ। ਇਹ ਸੀਗੇ ਸਾਰੇ ਇਸ ਡਿਜ਼ਾਈਨ ਦੇ ਵਿੱਚ ਕਲਰ, ਜਿਹੜਾ ਮੈਂ ਸਭ ਤੋਂ ਫਸਟ ਡਿਜ਼ਾਈਨ ਖੋਲ੍ਹਿਆ, ਤੁਹਾਨੂੰ ਨੈਕਸਟ ਡਿਜ਼ਾਈਨ ਦਿੰਦੇ ਹਾਂ। ਇਹ ਹੈਗਾ ਵੇਜ ਕਲਰ, ਬਹੁਤ ਸੋਹਣਾ ਜਿਹਾ, ਕੁਛ ਇੱਦਾਂ ਦੀ ਬੂਟੀ ਆ, ਵਿਦਾਊਟ ਚੁਭਣੇ ਵਾਲਾ ਸਟੱਫ ਹੈ ਜੀ ਇਹ। ਕੋਈ ਵੀ ਏਜ ਇਹਨਾਂ ਸੂਟਾਂ ਨੂੰ ਬਣਾ ਸਕਦੀ ਆ। ਐਵਰਗ੍ਰੀਨ ਸੂਟ, ਇਹਨਾਂ ਦਾ ਕਦੇ ਟ੍ਰੈਂਡ ਨਹੀਂ ਜਾਂਦਾ। ਚਨੌਨ ਸ਼ਿਫੋਨ ਦੇ ਦੁਪੱਟਿਆਂ ਦੇ ਨਾਲ 4 ਸਾਈਡ ਪੇਸਟਿੰਗ ਆ। ਇੱਕ ਹੈਗੇ ਦੇ ਵਿੱਚ ਯੈਲੋ ਕਲਰ, ਬਹੁਤ ਸੋਹਣਾ ਯੈਲੋ, ਖੱਟਾ ਯੈਲੋ ਜਿਹਨੂੰ ਬੋਲਦੇ ਹੁੰਦੇ ਆ, ਕਲਰ ਦੇਖੋ ਕਿੰਨਾ ਸੋਹਣਾ।
ਅਤੇ ਇੱਕ ਮਿਲ ਜਾਏਗਾ ਤੁਹਾਨੂੰ ਇਹਦੇ ਵਿੱਚ, ਇਹ ਗਰੇ ਸਟੋਨ ਦੇ ਉੱਪਰ ਆ, ਠੀਕ ਹੈ, ਸਟੀਲ ਗਰੇ ਜਾਂ ਇਹ ਵੀ ਕਲਰ ਬਹੁਤ ਪਿਆਰਾ। ਇੱਕ ਤੁਹਾਨੂੰ ਇਸ ਕਲਰ 'ਚ ਮਿਲ ਜਾਏਗਾ, ਇਹ ਵਾਲਾ ਕਲਰ ਸੀ ਗ੍ਰੀਨ ਜਾਂ ਸ਼ੇਡ ਆ ਜਾਂਦਾ, ਠੀਕ ਹੈ ਜੀ। ਨੈਕਸਟ ਡਿਜ਼ਾਇਨ ਦਿਖਾਉਂਦੇ ਹਾਂ, ਇਹ ਵੀ ਕਲਰ ਵੇਜ ਜਿਹਾ ਹੀ ਆ ਜਾਂਦਾ ਥੋੜ੍ਹਾ ਜਿਹਾ, ਕਲਰ ਡਿਜ਼ਾਇਨ ਬਹੁਤ ਸੋਹਣੇ ਆ। ਸਲਵਾਰਾਂ ਸਿਲਕ ਦੀਆਂ, ਇਹਨਾਂ ਦੇ ਨਾਲ ਇਟਾਲੀਅਨ ਸਿਲਕ ਲੱਗੀ ਹੋਈ ਆ, ਸਲਵਾਰਾਂ ਦਾ ਸਟੱਫ ਆ ਜਿਹੜਾ। ਕਲਰ ਆਪਸ਼ਨ ਦੇਖ ਲਓ, ਬਹੁਤ ਸੋਹਣੇ ਸੋਹਣੇ ਜਿਹੇ ਸ਼ੇਡ। ਇਹਦੇ ਵਿੱਚ ਵੀ ਤੁਹਾਨੂੰ ਯੈਲੋ ਕਲਰ ਇੱਦਾਂ ਮਿਲ ਜਾਣਗੇ, ਠੀਕ ਹੈ ਜੀ। ਇਹ ਸਾਰੇ ਸੂਟ ਹੈਗੇ ਆ ਤਨਸੂਹੀ ਦੇ ਉੱਪਰ, ਇਹ ਵੀ ਤਨਸੂਹੀ ਦੇ ਹੀ ਆ ਸੂਟ। ਇਹਦਾ ਡਿਜ਼ਾਇਨ ਵੀ ਬਹੁਤ ਸੋਹਣਾ, ਇਹ ਥੋੜ੍ਹਾ ਜਿਹਾ ਵਾਵਾ ਜਿਹਾ ਸ਼ੇਡ ਆ ਜਾਂਦਾ ਹੈ, ਪੀਚ ਜਿਹਾ ਕਲਰ। ਠੀਕ ਹੈ ਜੀ, ਕਲਰ ਡਿਜ਼ਾਇਨ ਬਹੁਤ ਸੋਹਣੇ ਆ। ਇਹ ਜਿੱਦਾਂ ਨਾ ਸੈੱਟ ਹੁੰਦਾ ਤਾਂ ਇਹਦਾ ਸੈੱਟ ਦਾ ਨੰਬਰ ਲਾਇਆ ਹੋਇਆ 2085 ਇਹਦਾ ਮਤਲਬ ਸੈੱਟ ਨੰਬਰ ਆ, ਤਾਂ ਫਿਰ ਇਹ ਜੇ ਮੈਂ ਹੁਣ ਗਾਹਾਂ ਨੂੰ ਇਹ ਵਾਲਾ ਡਿਜ਼ਾਇਨ ਔਡਰ ਕਰਨਾ ਤਾਂ ਮੈਨੂੰ 2085 ਕਹਿਣਾ ਪਏਗਾ, ਤਾਂ ਕਰਕੇ ਮੈਨੂੰ ਇਹ ਸੈੱਟ ਮਿਲੇਗਾ। ਇੱਕ ਨੰਬਰ ਹੁੰਦੇ ਆ, ਕਿਉਂਕਿ ਸਾਡਾ ਜਿਹੜਾ ਡਿਲੀਵਰੀ ਇੱਕ ਲੋਕਲ ਇੰਡੀਆ ਦੇ ਵਿੱਚ ਕੋਰੀਅਰ ਜਾਂਦੇ ਆ, ਅਤੇ ਉਹਦੇ ਵਿੱਚ ਉਹ ਕਹਿ ਦਿੰਦੇ ਆ ਜੀ ਉੱਪਰ ਸੂਟ ਦੇਖ ਕੇ ਤੁਸੀਂ 3000 ਲੈ ਲਿਆ, ਉੱਪਰ ਤਾਂ 2500 ਲਿਖਿਆ ਹੋਇਆ। ਉਹ ਕੋਰੀਅਰ ਵਾਲੇ ਵੈਲਿਊ ਲਿਖਦੇ ਹੁੰਦੇ ਆ ਜਸਟ ਆਪਣੇ ਤੌਰ 'ਤੇ, ਉਹਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੁੰਦਾ ਹੈਗਾ, ਤਾਂ ਕਰਕੇ ਮੈਂ ਤੁਹਾਨੂੰ ਕਹਿੰਦੀ ਵੀ ਇਹਨਾਂ ਨੂੰ ਥੋੜ੍ਹੀ ਜਿਹੀ ਇਗਨੋਰ ਮਾਰਿਆ ਕਰੋ, ਕਿਉਂਕਿ ਇਕੱਲੇ ਇਕੱਲੇ ਸੂਟ 'ਤੇ ਆ, ਕਿਸੇ ਕਿਸੇ ਦਾ ਮੈਂ ਤਾਰਨ ਤੋਂ ਰਹਿ ਵੀ ਗਿਆ ਤਾਂ ਵੀ ਪ੍ਰੋਬਲਮ ਆ ਜਾਂਦੀ ਆ। ਬਹੁਤ ਸੋਹਣੇ ਜਿਹੇ ਕਲਰ ਡਿਜ਼ਾਇਨ ਨੇ, ਇਹ ਸਾਰੇ ਡਿਜ਼ਾਇਨ ਅਲੱਗ ਅਲੱਗ ਨੇ ਜਿਹੜੇ ਮੈਂ ਤੁਹਾਨੂੰ ਇਹ ਦਿਖਾ ਰਹੀ ਹਾਂ, ਇਹ ਦੋਨੋਂ ਹੀ ਸੇਮ ਕਲਰ ਦੇ ਵਿੱਚ ਆ, ਇਹ ਦੋਨੋਂ ਹੀ ਅਲੱਗ ਅਲੱਗ ਨੇ। ਇਹ ਵੀ ਦੇਖੋ ਡਿਜ਼ਾਇਨ ਬਰੀਕ ਬਰੀਕ ਬੂੰਦੀ ਵਾਲਾ ਬਹੁਤ ਸੋਹਣਾ ਡਿਜ਼ਾਇਨ ਆ। ਠੀਕ ਹੈ ਜੀ, ਨੈਕਸਟ ਦਿਖਾਉਂਦੇ ਹਾਂ ਤੁਹਾਨੂੰ, ਬਹੁਤ ਸੋਹਣਾ ਸੂਟ ਆ। ਇਹ ਹੈਗੇ ਨੇ ਬਰੋਕਿਟ ਦੇ, ਇਸ ਤੋਂ ਪਹਿਲਾਂ ਮੈਂ ਤੁਹਾਨੂੰ ਤਨਸੂਹੀ ਦਿਖਾਈ ਆ, ਅਤੇ ਇਹ ਹੈਗੇ ਨੇ ਜੀ ਬਰੋਕਿਟ ਦੇ ਸੂਟ। ਇਹਦੇ ਵਿੱਚ ਮੈਂ ਔਡਰ ਕੀਤੇ ਹੋਏ ਆ, ਫਿਲਹਾਲ ਮੇਰੇ ਕੋਲ ਜਿੰਨੇ ਕੁ ਸੂਟ ਆਏ ਆ ਮੈਂ ਤੁਹਾਨੂੰ ਉਹ ਦਿਖਾਉਂਦੀ ਹਾਂ। ਸਿਲਕ 'ਤੇ ਬਣਿਆ ਹੋਇਆ ਸੂਟ ਆ ਜੀ, ਇਹ ਫਿਰੋਜ਼ੀ ਕਲਰ ਆ, ਹਰ ਇੱਕ ਨੂੰ ਤਕਰੀਬਨ ਇਹ ਕਲਰ ਪਸੰਦ ਹੁੰਦਾ ਹੀ ਹੁੰਦਾ। ਇਹ ਹੈਗੇ ਬਰੋਕਿਟ, ਜਿੱਦਾਂ ਤਨਸੂਹੀ ਨੀਚੇ ਤੋਂ ਬਿਲਕੁਲ ਪਲੇਨ ਹੁੰਦੀ ਹੈ, ਕੋਈ ਚੁਭਦਾ ਨਹੀਂ ਹੁੰਦਾ, ਕੁਛ ਵੀ ਨਹੀਂ ਹੁੰਦਾ, ਇਹ ਬਰੋਕਿਟ ਹਮੇਸ਼ਾ ਇੱਦਾਂ ਬੁਣਤੀ ਵਾਲੀ ਹੁੰਦੀ ਹੈ। ਵੈਸੇ ਇਹ ਵੀ ਸੌਫਟ ਹੈ, ਬਿਲਕੁਲ ਚੁਭਣ ਵਾਲਾ ਕੁਛ ਨਹੀਂ ਹੈ। ਦੇਖੋ ਡਿਜ਼ਾਇਨ ਕਿੰਨਾ ਸੋਹਣਾ ਹੈ, ਸਿਲਕ ਦੀ ਸਲਵਾਰ ਆ, ਅਤੇ ਇਹਦਾ ਸਿਲਕ ਦਾ ਹੀ ਬਰੋਕਿਟ ਦਾ ਬਹੁਤ ਪਿਆਰਾ ਦੁਪੱਟਾ, ਦੁਪੱਟੇ ਦੀ ਲੁੱਕ ਦੇਖੋ ਬਹੁਤ ਸੋਹਣਾ ਸੂਟ ਹੈ। ਠੀਕ ਹੈ ਜੀ, ਠੀਕ ਹੈ ਜੀ, ਯੈਲੋ ਕਲਰ, ਕਲਰ ਐਨ ਇੱਕ ਤੋਂ ਇੱਕ ਮਿਲਣਗੇ, ਫੁੱਲ ਬ੍ਰਾਈਟ ਚਾਰਟ। ਜਾਗੋ 'ਤੇ ਪਾਓ, ਕਿਸੇ ਵੀ ਪਾਠ ਭੋਗ ਫੰਕਸ਼ਨ ਕਿਤੇ ਵੀ ਪਾ ਸਕਦੇ ਹੋ ਜੀ, ਬਹੁਤ ਸੋਹਣੇ ਕਲਰ ਨੇ ਬ੍ਰਾਈਟ ਚਾਰਟ ਦੇ ਵਿੱਚ ਇਹ ਵਾਲਾ ਡਿਜ਼ਾਇਨ, ਅਤੇ ਇਹਦੇ ਵਿੱਚ ਤੁਹਾਨੂੰ 5 ਕਲਰ ਮਿਲ ਜਾਣਗੇ, 5 ਦੇ 5 ਬ੍ਰਾਈਟ ਨੇ ਬਿਲਕੁਲ।
ਠੀਕ ਹੈ ਜੀ। ਇਹ ਇੱਕ ਸਿੰਗਲ ਸੂਟ ਆ ਔਰਗੇਂਜ਼ਾ ਦਾ, ਬਰੋਕਿਟ ਦੇ, ਬਹੁਤ ਸੋਹਣਾ ਸੂਟ ਹੈ ਵੈਸੇ ਤਾਂ ਇਹ, ਪਰ ਇਹ ਫਿਲਹਾਲ ਹਲੇ ਫੋਟੋਆਂ 'ਚ ਚੁਆਇਸ ਕਰਵਾ ਤਾਂ ਇੱਕੋ ਹੀ ਸੂਟ ਰਹਿ ਗਿਆ। ਰੈੱਡ ਕਲਰ ਦਾ ਸੂਟ ਆ ਜੀ, ਬਹੁਤ ਪਿਆਰਾ, ਬਹੁਤ ਸੋਹਣਾ ਸੂਟ ਆ ਔਰਗੇਂਜ਼ਾ ਦਾ ਇਹ, ਠੀਕ ਹੈ। ਸਿਲਕ ਦੀ ਸਲਵਾਰ ਆ ਅਤੇ ਔਰਗੇਂਜ਼ਾ ਦਾ ਸੋਫਟ ਔਰਗੇਂਜ਼ਾ ਦੇ ਦਾ ਦੁਪੱਟਾ, ਸੋਰੀ ਇਹ ਸੂਟ ਡਿਫੈਕਟਿਡ ਆ, ਇਹਦਾ ਹੀ ਦੁਪੱਟਾ ਡਿਫੈਕਟ ਆ, ਇਹ ਸੂਟ ਤੁਸੀਂ ਔਡਰ ਨਾ ਕਰਿਓ। ਅਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਅਸੀਂ ਇਹ ਵਾਲੇ ਸੂਟ ਨੇ ਜੀ, ਵੀ ਨੈੱਕ ਦੇ ਉੱਪਰ ਹੈਂਡ ਵਰਕ ਦੇ ਸੂਟ ਨੇ, 4850 ਇਹਨਾਂ ਦਾ ਪ੍ਰਾਈਸ ਸੀਗਾ ਪਹਿਲਾਂ, ਅਤੇ ਹੁਣ ਤੁਹਾਨੂੰ 4500 ਦੇ ਵਿੱਚ ਇਹ ਵਾਲੇ ਸੂਟ ਦੇਵਾਂਗੇ। ਫੁੱਲ ਪਾਰਟੀ ਵੇਅਰ ਸੂਟ ਹੈਂਡ ਵਰਕ ਦੇ ਰਹਿਣਗੇ ਸਾਰੇ, ਕਲਰ ਬਹੁਤ ਪਿਆਰੇ ਪਿਆਰੇ ਜਿਹਾਂ ਸੂਟਾਂ ਦੇ। ਇਹ ਹੈਗਾ ਜੀ ਗ੍ਰੇ ਕਲਰ, ਨੈੱਕ ਦੇ ਉੱਪਰ ਵੀ ਨੈੱਕ 'ਤੇ ਵਰਕ ਆ, ਨੀਚੇ ਨੂੰ ਬਾਜੂ ਜਾ ਰਹੀ ਹੈ ਇਹਨਾਂ ਦੀਆਂ, ਠੀਕ ਹੈ। ਅਤੇ ਇਹਨਾਂ ਨਾਲ ਪਲੇਨ ਸਲਵਾਰ ਆ, ਸਿਲਕ ਦੀ ਸਲਵਾਰ ਆ ਨਾਲ, 4500 ਦਾ ਪ੍ਰਾਈਸ ਆ ਜੀ ਸੂਟਾਂ ਦੀ। ਇਹਨਾਂ ਦੇ ਦੁਪੱਟਿਆਂ 'ਤੇ ਹੈਵੀ ਵਰਕ ਆ, ਇੱਦਾਂ ਹੈਵੀ ਵਰਕ ਦੇ ਨਾਲ ਇਹਨਾਂ ਦੇ ਦੁਪੱਟੇ ਰਹਿਣਗੇ। ਅਤੇ ਪ੍ਰਾਈਸ ਸੂਟ ਦਾ 4500 ਆ, ਕਲਰ ਆਪਸ਼ਨ ਤੁਹਾਨੂੰ ਕਾਫੀ ਸਾਰੀ ਦੇਵਾਂਗੇ, ਠੀਕ ਹੈ ਜੀ। ਕਲਰ ਦੇਖੋ, ਆਨੀਅਨ ਸ਼ੇਡ ਆ ਬਹੁਤ ਸੋਹਣਾ, ਇਹਦੇ ਵਿੱਚ ਆਫ ਵਾਈਟ ਕਲਰ, ਕਰੀਮ ਕਲਰ, 4500 ਦੇ ਵਿੱਚ ਸੂਟ ਨੇ। ਹੁਣ ਜਿਹੜਾ ਵੀ ਤੁਸੀਂ ਲੈਣਾ, ਗਿਫਟ ਕਰਨਾ, ਜਿਹਨੂੰ ਵੀ ਦੇਣਾ ਸੂਟ, ਦਿਲ ਖੋਲ੍ਹ ਕੇ ਦੇ ਸਕਦੇ ਹੋ, ਕਿਉਂਕਿ ਜਿਹੜਾ ਵੀ ਲਏਗਾ ਨਾ ਸੂਟ, ਖੁਸ਼ ਹੋ ਕੇ ਸਟਿਚ ਤਾਂ ਕਰਵਾਏਗਾ ਹੀ। ਨੀਚੇ ਨੈੱਕ ਬਹੁਤ ਪਿਆਰਾ ਬਣਿਆ ਹੋਇਆ ਪਰਲਸ ਦੇ ਨਾਲ, ਇਹ ਡਾਰਕ ਗ੍ਰੇ ਜਿਹਾ ਆ ਜਾਂਦਾ, ਇਹ ਲਾਈਟ ਗ੍ਰੇ ਆ ਜਾਂਦਾ, ਇੱਕ ਸ਼ੇਡ ਮਿਲ ਜਾਏਗਾ ਤੁਹਾਨੂੰ ਰਾਮਾ ਗ੍ਰੀਨ, ਅਤੇ ਇੱਕ ਮਿਲ ਜਾਏਗਾ ਇਹਦੇ ਵਿੱਚ ਇਹ ਲੈਵੈਂਡਰ ਸ਼ੇਡ। ਕਲਰ ਆਪਸ਼ਨ ਬਹੁਤ ਸੋਹਣੀ ਹੈ ਸਾਰੇ ਸੂਟਾਂ ਦੀ, ਪਸੰਦ ਆਈ ਹੋਏਗੀ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਸਾਰੇ ਸੂਟ ਕਿੱਦਾਂ ਲੱਗੇ। ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ 'ਚ ਪਸੰਦ ਆ, ਉਸ ਦਾ ਸਕਰੀਨਸ਼ੋਟ ਲੈ ਕੇ ਤੁਸੀਂ ਮੇਰੇ ਨੰਬਰ 'ਤੇ ਪਿਕ ਸੈਂਡ ਕਰ ਸਕਦੇ ਹੋ। ਕਮੈਂਟ ਜ਼ਰੂਰ ਕਰ ਦਿਓ ਜੀ, ਚੈਨਲ ਨੂੰ ਸ਼ੇਅਰ ਕਰ ਦਿਓ, ਸਬਸਕ੍ਰਾਈਬ ਜ਼ਰੂਰ ਕਰ ਲਿਓ। ਥੈਂਕ ਯੂ ਸੋ ਮੱਚ, ਥੈਂਕ ਯੂ।